ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ। ਅੱਜ ਦੀ ਜਿਹੜੀ ਆਪਾਂ ਵੀਡੀਓ ਕਰਾਂਗੇ ਉਹ ਅਰਮੀਨੀਆ ਦੇ ਈ ਵੀਜ਼ੇ ਤੇ ਕਰਾਂਗੇ ਕਿ ਅਰਮੀਨੀਆ ਦਾ ਜੋ ਈ ਵੀਜ਼ਾ ਆ ਉਹਦਾ ਰਿਜੈਕਟ ਹੋਣ ਦਾ ਇੰਨਾ ਕੀ ਕਾਰਨ ਆ, ਵੀ ਉਹ ਰਿਜੈਕਟ ਜ਼ਿਆਦਾ ਕਿਉਂ ਹੋ ਰਿਹਾ ਆ, ਅੰਬੈਸੀ ਵੀਜ਼ਾ ਕਿਉਂ ਨਹੀਂ ਦੇ ਰਹੀ। ਜੇ ਆਪਾਂ 100 ਫਾਈਲ ਲਾਉਂਦੇ ਹਾਂ, ਵੀ ਆਪਾਂ ਮੰਨਦੇ ਹਾਂ ਵੀ ਆਪਾਂ 100 ਫਾਈਲ ਲਾਈ ਆ, ਅਤੇ 100 ਫਾਈਲ ਦੇ ਵਿੱਚੋਂ 2-4 ਹੀ ਫਾਈਲਾਂ ਨੂੰ ਵੀਜ਼ਾ ਮਿਲਦਾ ਆ, ਬਾਕੀ ਫਾਈਲਾਂ ਰਿਜੈਕਟ ਹੀ ਹੋ ਰਹੀਆਂ ਆ, ਉਹਦਾ ਕੀ ਕਾਰਨ ਆ? ਅੱਜ ਦੀ ਜਿਹੜੀ ਆਪਾਂ ਵੀਡੀਓ ਆ ਇਹਦੇ ਵਿੱਚ ਸਾਰੀ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਜਿੰਨੇ ਵੀ ਸਾਡੇ ਦੋਸਤ ਸਾਡੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਾਕੀ ਦੋਸਤੋ, ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਆ, ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ, ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਕਿਉਂਕਿ ਅਸੀਂ ਆਪਣੇ ਇਸ ਚੈਨਲ ਦੇ ਉੱਤੇ ਸਾਈਪ੍ਰਸ ਬਾਰੇ ਜਾਂ ਯੂਰਪ ਦੀਆਂ ਜਿਹੜੀਆਂ ਅਲੱਗ ਅਲੱਗ ਕੰਟਰੀਆਂ ਬਾਰੇ ਉਹਦੀ ਇਨਫੋਰਮੇਸ਼ਨ ਸ਼ੇਅਰ ਕਰਦੇ ਰਹਿੰਦੇ ਹਾਂ। ਤਾਂ ਇਸ ਕਰਕੇ ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੂਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ। ਤਾਂ ਹੁਣ ਆਪਾਂ ਗੱਲਬਾਤ ਕਰ ਲੈਂਦੇ ਹਾਂ ਕਿ ਜਿਹੜਾ ਅਰਮੀਨੀਆ ਦਾ ਈ ਵੀਜ਼ਾ ਆ ਉਹਦਾ ਰਿਜੈਕਟ ਹੋਣ ਦਾ ਕਾਰਨ ਕੀ ਆ। ਤਾਂ ਦੋਸਤੋ, ਸਭ ਤੋਂ ਵੱਡਾ ਕਾਰਨ ਉਹਦਾ ਇਹ ਆ ਕਿ ਆਪਾਂ ਨੂੰ ਖੁਦ ਜਾਣਕਾਰੀ ਨਹੀਂ ਹੋਣੀ, ਕਿਉਂਕਿ ਜਦੋਂ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਅਸੀਂ ਕਿਹੜੇ ਡਾਕੂਮੈਂਟ ਲਾਉਣੇ ਆ ਜਾਂ ਅਸੀਂ ਕਿਹੜੇ ਹਿਸਾਬ ਨਾਲ ਜਿਹੜਾ ਆ ਈ ਵੀਜ਼ਾ ਅਪਲਾਈ ਕਰਨਾ ਆ, ਤਾਂ ਅਸੀਂ ਕਿਸੇ ਏਜੰਟ ਕੋਲ ਜਾਂਦੇ ਹਾਂ, ਤਾਂ ਅਸੀਂ ਏਜੰਟ ਨੂੰ ਸਿਰਫ ਪੈਸਿਆਂ ਦੀ ਗੱਲ ਕਰਦੇ ਹਾਂ, ਤਾਂ ਏਜੰਟ ਨਾਲ ਅਸੀਂ ਪੈਸੇ ਮੁਕਾ ਲੈਂਦੇ ਹਾਂ, ਆਪਣਾ ਪਾਸਪੋਰਟ ਦੇਣੇ ਆ। ਪਰ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਵੀ ਜਿਹੜੇ ਏਜੰਟ ਨਾਲ ਤੁਸੀਂ ਆਪਣੀ ਵੀਜ਼ੇ ਦੀ ਗੱਲਬਾਤ ਕੀਤੀ ਆ ਉਹ ਕਿਹੜੇ ਡਾਕੂਮੈਂਟ ਲਾ ਰਿਹਾ, ਕਿਸ ਹਿਸਾਬ ਨਾਲ ਤੁਹਾਡੀ ਜਿਹੜੀ ਫਾਈਲ ਆ ਉਹ ਅੰਬੈਸੀ ਦੇ ਵਿੱਚ ਪੇਸ਼ ਕਰ ਰਿਹਾ, ਵੀ ਆਫੀਸਰ ਨੂੰ ਤੁਹਾਡੇ ਬਾਰੇ ਕੀ ਉਹ ਦੱਸ ਰਿਹਾ ਆ। ਇਸ ਕਰਕੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਖੁਦ ਨੂੰ ਜਾਣਕਾਰੀ ਹੋਣੀ ਚਾਹੀਦੀ ਆ ਕਿ ਜੇ ਅਸੀਂ ਕਿਸੇ ਵੀ ਕੰਟਰੀ ਦਾ ਵੀਜ਼ਾ ਲਾਉਣਾ ਆ ਸਾਨੂੰ ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਹੋਣੀ ਚਾਹੀਦੀ ਆ। ਦੂਸਰੀ, ਆਪਾਂ ਨੂੰ ਆਪਣੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਹੋਣੀ ਚਾਹੀਦੀ ਆ ਵੀ ਜੇ ਅਸੀਂ ਕੋਈ ਵੀਜ਼ਾ ਅਪਲਾਈ ਕਰਦੇ ਹਾਂ ਉਹਦੇ ਵਿੱਚ ਕਿਹੜੇ ਅਸੀਂ ਡਾਕੂਮੈਂਟ ਲਾ ਰਹੇ ਹਾਂ, ਕਿਹੜੇ ਹਿਸਾਬ ਨਾਲ ਅਸੀਂ ਆਫੀਸਰ ਨੂੰ ਮੂਹਰੇ ਦੱਸ ਰਹੇ ਹਾਂ ਕਿ ਅਸੀਂ ਉੱਥੇ ਕੀ ਕਰਨ ਜਾਣਾ। ਜਦੋਂ ਆਪਾਂ ਕਿਸੇ ਏਜੰਟ ਦੇ ਥਰੂ ਆਪਾਂ ਕੋਈ ਵੀ ਵੀਜ਼ਾ ਅਪਲਾਈ ਕਰਦੇ ਹਾਂ ਤਾਂ ਏਜੰਟ ਆਪਣੀ ਮਰਜ਼ੀ ਨਾਲ ਕੋਈ ਵੀ ਫੇਕ ਡਾਕੂਮੈਂਟ ਬਣਾ ਕੇ ਤੁਹਾਡਾ ਉਹ ਟਰਾਈ ਕਰਦੇ ਆ ਕਿ ਸਾਨੂੰ ਕਿਸੇ ਤਰੀਕੇ ਨਾਲ ਵੀਜ਼ਾ ਮਿਲ ਜਾਵੇ। ਬਾਕੀ ਮੇਨ ਗੱਲ ਇਹ ਹੁੰਦੀ ਆ ਵੀ ਜਿਨ੍ਹਾਂ ਦੇ ਰਿਜੈਕਟ ਹੋ ਗਏ ਉਹਨਾਂ ਨੂੰ ਪ੍ਰੋਬਲਮ ਪੈ ਜਾਂਦੀ ਆ ਗਾਹਾਂ ਵਾਸਤੇ। ਤਾਂ ਦੋਸਤੋ, ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਖੁਦ ਨੂੰ ਜਾਣਕਾਰੀ ਹੋਣੀ ਚਾਹੀਦੀ ਆ ਕਿ ਜਿਹੜਾ ਟੂਰਿਸਟ ਵੀਜ਼ਾ ਲੈਂਦੇ ਨਾ ਆਪਾਂ, ਜੇ ਅਰਮੀਨੀਆ ਦਾ ਛੱਡ ਕੇ ਕਿਸੇ ਵੀ ਕੰਟਰੀ ਦਾ ਲੈਂਦੇ ਹਾਂ, ਜੇ ਆਪਾਂ ਉੱਥੇ ਟੂਰਿਸਟ ਵਿਹਾਵ 'ਤੇ ਆਪਾਂ ਜਾਂਦੇ ਹਾਂ ਤਾਂ ਆਪਾਂ ਜਿਸ ਕੰਟਰੀ ਦੇ ਵਿੱਚ ਜਾਣਾ ਜਾਂ ਆਪਾਂ ਜਿਸ ਵੀ ਅੰਬੈਸੀ ਦੇ ਵਿੱਚ ਫਾਈਲ ਲਾਉਣੀ ਆ ਆਪਾਂ ਉਹ ਆਫੀਸਰ ਨੂੰ ਆਪਣੇ ਬਾਰੇ ਦੱਸਣਾ ਪੈਣਾ ਆ ਵੀ ਅਸੀਂ ਇੰਡੀਆ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਤੁਸੀਂ ਕੀ ਕਰਦੇ ਹੋ, ਕਿੰਨੇ ਕੁ ਤੁਸੀਂ ਮਹੀਨੇ ਦੇ ਪੈਸੇ ਕਮਾਉਂਦੇ ਹੋ, ਵੀ ਤੁਹਾਡਾ ਵਾਪਸ ਆਉਣ ਦਾ ਕੀ ਕਾਰਨ ਆ। ਕਿਉਂਕਿ ਸਭ ਤੋਂ ਮੇਨ ਜਦੋਂ ਆਫੀਸਰ ਵੀਜ਼ਾ ਦਿੰਦਾ ਆ ਨਾ, ਜਦੋਂ ਆਪਾਂ ਟੂਰਿਸਟ ਵੀਜ਼ਾ ਜਾਂ ਈ ਵੀਜ਼ਾ ਆਪਾਂ ਅਪਲਾਈ ਕਰਦੇ ਹਾਂ, ਤਾਂ ਸਭ ਤੋਂ ਜਿਹੜੀ ਪਹਿਲੀ ਚੀਜ਼ ਆਫੀਸਰ ਜਦੋਂ ਦੇਖਦੇ ਆ ਤੁਹਾਡਾ ਵਾਪਸ ਆਉਣ ਦਾ ਰੀਜ਼ਨ ਦੇਖਦੇ ਆ ਵੀ ਜੇ ਤੁਸੀਂ ਸਾਡੀ ਕੰਟਰੀ ਦੇ ਵਿੱਚ ਆਉਂਦੇ ਹੋ ਤਾਂ ਤੁਸੀਂ ਇੱਥੋਂ ਵਾਪਸ ਜਾਓਗੇ, ਤੁਹਾਡਾ ਵਾਪਸ ਜਾਣ ਦਾ ਰੀਜ਼ਨ ਕੀ ਆ। ਤਾਂ ਇਸ ਕਰਕੇ ਦੋਸਤੋ, ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੇਖਿਆ ਕਰੋ ਵੀ ਜਿਹੜਾ ਜੇ ਆਪਾਂ ਕਿਸੇ ਕੰਟਰੀ ਦਾ ਟੂਰਿਸਟ ਵੀਜ਼ਾ ਲਾਉਣਾ ਆ, ਸਭ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਜੌਬ ਹੋਣੀ ਚਾਹੀਦੀ ਆ। ਕਿਉਂਕਿ ਜਦੋਂ ਆਪਾਂ ਵੀਜ਼ਾ ਅਪਲਾਈ ਕਰਦੇ ਹਾਂ ਆਫੀਸਰ ਨੂੰ ਇਹ ਲੱਗਦਾ ਕਿ ਇਹ ਬੰਦਾ ਜੌਬ ਕਰਦਾ ਆ, ਇਹਦਾ ਮਹੀਨੇ ਦੀ 35 ਤੋਂ 40 ਹਜ਼ਾਰ ਰੁਪਈਆ ਤਨਖਾਹ ਹੈਗੀ ਆ, ਇਹ ਵਾਪਸ ਇਹ ਘੁੰਮਣ ਵਾਸਤੇ ਜਾਏਗਾ, ਇਹ ਵਾਪਸ ਹੀ ਆਏਗਾ। ਜੇ ਤੁਹਾਡੀ ਜੌਬ ਨਹੀਂ ਹੈਗੀ ਤਾਂ ਤੁਹਾਡਾ ਬਿਜ਼ਨਸ ਚਾਹੀਦਾ, ਬਿਜ਼ਨਸ ਵੀ ਤੁਹਾਡਾ ਜੋ MSC ਦੇ ਵਿੱਚ ਰਜਿਸਟ੍ਰੇਸ਼ਨ ਚਾਹੀਦਾ ਜਾਂ ਪੰਜਾਬ ਜਿਹੜੀ ਰਜਿਸਟ੍ਰੇਸ਼ਨ ਆ ਉਹਦੇ ਵਿੱਚ ਚਾਹੀਦਾ ਆ, ਤੁਹਾਡੇ ਕੋਲ ਆਪਣੇ ਬਿਜ਼ਨਸ ਦੇ ਪ੍ਰੂਫ ਹੋਣੇ ਚਾਹੀਦੇ ਆ। ਇਹ ਨਹੀਂ ਹੈਗਾ ਵੀ ਤੁਹਾਡੇ ਕੋਲ ਨਾ ਤਾਂ ਤੁਸੀਂ ਕੋਈ ਜੌਬ ਕਰਦੇ ਹੋ ਨਾ ਤੁਹਾਡੇ ਕੋਲ ਕੋਈ ਬਿਜ਼ਨਸ ਆ, ਆਪਾਂ ਚੱਕ ਕੇ ਟੂਰਿਸਟ ਵੀਜ਼ਾ ਅਪਲਾਈ ਕਰ ਰਹੇ ਹਾਂ ਕਿਸੇ ਵੀ ਕੰਟਰੀ ਦਾ, ਤਾਂ ਜਦੋਂ ਆਪਾਂ ਮੂਹਰੇ ਆਫੀਸਰ ਨੂੰ ਆਪਾਂ ਦੱਸਾਂਗੇ ਜਾਂ ਕੋਈ ਫੇਕ ਪੇਪਰ ਬਣਾ ਕੇ ਆਪਾਂ ਲਾਵਾਂਗੇ, ਤਾਂ ਜਿਹੜੇ ਫੇਕ ਪੇਪਰ ਆ ਉਹ ਤਾਂ ਇੰਨੇ ਮਾਹਰ ਉੱਥੇ ਬੰਦੇ ਬੈਠੇ ਆ ਵੀ ਜੇ ਤੁਸੀਂ ਉਹਨਾਂ ਨੂੰ ਫੇਕ ਪੇਪਰ ਦਿੰਦੇ ਆ ਤਾਂ ਉਹ ਫੱਟ ਫੜ ਲੈਂਦੇ ਆ ਵੀ ਇਹ ਤੁਸੀਂ ਫੇਕ ਲਾਏ ਆ। ਜੇ ਆਪਾਂ ਫੇਕ ਪੇਪਰ 'ਤੇ ਵੀ ਵੀਜ਼ਾ ਅਪਲਾਈ ਕਰਦੇ ਹਾਂ ਤਾਂ ਜੇ ਤੁਹਾਡਾ ਕੋਈ ਫੇਕ ਪੇਪਰ ਨਿਕਲਿਆ ਵੇ ਤਾਂ ਆਫੀਸਰ ਤੁਹਾਨੂੰ ਬੈਨ ਵੀ ਕਰ ਦਿੰਦਾ। ਇਸ ਕਰਕੇ ਦੋਸਤੋ, ਜੇ ਤੁਸੀਂ ਜਦੋਂ ਵੀ ਅਪਲਾਈ ਕਰਨਾ ਕਿਸੇ ਵੀ ਏਜੰਟ ਨਾਲ ਗੱਲ ਕਰਨੀ ਆ, ਜੇ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਤੁਹਾਨੂੰ ਕਿਸੇ ਏਜੰਟ ਦੀ ਲੋੜ ਨਹੀਂ, ਤੁਸੀਂ ਖੁਦ ਆਪ ਅਪਲਾਈ ਕਰ ਸਕਦੇ ਹੋ। ਉਹਦੇ ਲਈ ਕੀ ਹੁੰਦਾ ਵੀ ਸਾਹਿਬ ਤੁਹਾਡੇ ਕੋਲ ਇੱਕ ਜੌਬ ਚਾਹੀਦੀ ਆ ਜਾਂ ਤੁਹਾਡੇ ਕੋਈ ਬਿਜ਼ਨਸ ਚਾਹੀਦਾ ਆ, ਉਸ ਤੋਂ ਬਾਅਦ ਥੋੜ੍ਹੀ ਜਿਹੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ ਵੀ ਮੇਰੇ ਕਿਹੜੇ ਕਿਹੜੇ ਪੇਪਰ ਲੱਗਣਗੇ, ਕਿਸ ਤਰੀਕੇ ਨਾਲ ਮੈਂ ਉਹ ਕਵਰਿੰਗ ਲੈਟਰ ਬਣਾਉਣਾ, ਕਿਸ ਤਰੀਕੇ ਨਾਲ ਮੈਂ ਉੱਥੇ ਜਾ ਕੇ ਜਿਹੜੀ ਆਪਣੀ ਆ ਆਈਟਨਰੀ ਬਣਾਉਣੀ ਆ, ਵੀ ਤੁਸੀਂ ਡੇ ਬਾਈ ਡੇ ਜਿਹੜਾ ਤੁਸੀਂ ਉੱਥੇ ਆਪਣਾ ਸ਼ੋਅ ਕਰਨਾ ਆ। ਜੇ ਤਾਂ ਤੁਸੀਂ 7 ਦਿਨ ਲਈ ਅਪਲਾਈ ਕਰਦੇ ਹੋ ਫਿਰ ਤਾਂ ਤੁਹਾਨੂੰ ਡੇ ਬਾਈ ਡੇ ਆਪਣੀ ਆਈਟਨਰੀ ਬਣਾਉਣ ਦੀ ਲੋੜ ਨਹੀਂ ਹੁੰਦੀ। ਜੇ ਤੁਸੀਂ 7 ਦਿਨ ਤੋਂ ਵੱਧ ਕਰਦੇ ਹੋ, 10 ਦਿਨ ਕਰਦੇ ਹੋ ਜਾਂ 12 ਦਿਨ ਕਰਦੇ ਹੋ, ਫਿਰ ਤੁਹਾਨੂੰ ਡੇ ਬਾਈ ਡੇ ਆਫੀਸਰ ਨੂੰ ਦੱਸਣਾ
ਦੇਖਣਾ ਪੈਂਦਾ ਆ ਕਿ ਤੁਸੀਂ 2 ਦਿਨ ਕਿੱਥੇ ਰਹਿਣਾ ਜਾਂ 4 ਦਿਨ ਕਿੱਥੇ ਰਹਿਣਾ ਅਤੇ ਹਫ਼ਤਾ ਤੁਸੀਂ ਕਿੱਥੇ ਰਹਿਣਾ, ਤੁਸੀਂ ਉਹ ਡੇ ਬਾਈ ਡੇ ਉਹਨਾਂ ਨੂੰ ਦੱਸਣਾ ਹੁੰਦਾ। ਪਰ ਜੇ ਤੁਸੀਂ 7 ਦਿਨ ਲਈ ਕਰਦੇ ਹਾਂ ਤਾਂ ਉਹਦੇ ਵਿੱਚ ਲੋੜ ਨਹੀਂ ਹੁੰਦੀ। ਇਸ ਕਰਕੇ ਥੋੜ੍ਹੀ ਜਿਹੀ ਜਾਣਕਾਰੀ ਖੁਦ ਆਪ ਰੱਖਿਆ ਕਰੋ। ਤੁਸੀਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ ਆ, ਯੂਟਿਊਬ 'ਤੇ ਬਹੁਤ ਸਾਰੀਆਂ ਹੁਣ ਵੀਡੀਓ ਪਈਆਂ ਆ, ਵੀਡੀਓ ਤੁਸੀਂ ਦੇਖ ਸਕਦੇ ਹੋ। ਤੁਸੀਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ, ਉਹ ਕੰਟਰੀ ਦਾ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਟੂਰਿਸਟ ਦਾ, ਤਾਂ ਉਹਦੇ ਵਿੱਚ ਬਹੁਤ ਸਾਰੀ ਨੌਲੇਜ ਤੁਹਾਨੂੰ ਮਿਲੇਗੀ। ਤਾਂ ਤੁਸੀਂ ਉਸ ਹਿਸਾਬ ਨਾਲ ਆਪਣੇ ਪੇਪਰ ਤਿਆਰ ਕਰਕੇ, ਆਪਣਾ ਜੋ ਵੀ ਬੈਂਕ ਬੈਲੈਂਸ ਆ ਉਹ ਤਿਆਰ ਕਰਕੇ, ਤਾਂ ਤੁਸੀਂ ਫਿਰ ਜਿਹੜਾ ਵੀ ਟੂਰਿਸਟ ਵੀਜ਼ਾ ਅਪਲਾਈ ਕਰਿਆ ਕਰੋ। ਇਹ ਨਾ ਤੁਸੀਂ ਦੇਖੋ ਕਿ ਗੱਲ ਨਹੀਂ, ਅਰਮੀਨੀਆ ਦਾ ਯਾਰ 5-10 ਹਜ਼ਾਰ ਰੁਪਈਆ ਲੱਗਦਾ, ਅਸੀਂ ਟਰਾਈ ਕਰ ਲੈਂਦੇ ਹਾਂ, ਕਿਉਂਕਿ ਜਿਹੜੇ ਏਜੰਟ ਆ ਕੋਈ 10 ਲਈ ਜਾਂਦਾ, ਕੋਈ 20 ਲਈ ਜਾਂਦਾ। ਜੇ ਤੁਸੀਂ ਖੁਦ ਆਪ ਅਪਲਾਈ ਕਰਦੇ ਹੋ ਤਾਂ ਤੁਹਾਡਾ 1000 ਰੁਪਈਆ ਲੱਗਦਾ, ਤਾਂ ਤੁਸੀਂ 10-20 ਹਜ਼ਾਰ ਦੇ ਉਹ ਚੱਕਰ ਵਿੱਚ ਆਪਣੇ ਰਿਜੈਕਟ ਲਵਾ ਲੈਂਦੇ ਹਾਂ। ਪਾਸਪੋਰਟ 'ਤੇ ਜਦੋਂ ਰਿਜੈਕਟ ਲੱਗ ਜਾਂਦੀ ਹੈ ਤਾਂ ਉਹ ਤੁਹਾਨੂੰ ਗਾਹਾਂ ਤੁਸੀਂ ਹੋਰ ਕਿਸੇ ਕੰਟਰੀ ਲਈ ਜਦੋਂ ਅਪਲਾਈ ਕਰਦੇ ਹਾਂ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਹੋ ਜਾਂਦੀਆਂ, ਕਿਉਂਕਿ ਜਦੋਂ ਤੁਹਾਡੀ ਇੱਕ ਵਾਰੀ ਰਿਜੈਕਟ ਲੱਗ ਗਈ ਕਿਸੇ ਵੀ ਯੂਰਪ ਕੰਟਰੀ, ਤਾਂ ਦੂਜੀ ਜੇ ਤੁਸੀਂ ਕਿਸੇ ਯੂਰਪ ਕੰਟਰੀ ਦੇ ਵਿੱਚ ਤੁਸੀਂ ਅਪਲਾਈ ਕਰਦੇ ਹੋ ਤਾਂ ਉਹ ਤੁਹਾਡਾ ਪਹਿਲਾਂ ਉਹ ਜਿਹੜਾ ਰਿਜੈਕਟ ਲੱਗਾ ਹੁੰਦਾ ਉਹ ਜ਼ਰੂਰ ਚੈੱਕ ਕਰਦੇ ਆ ਵੀ ਇਹਦਾ ਕਿਉਂ ਰਿਜੈਕਟ ਲੱਗਾ ਸੀ, ਕੀ ਕਾਰਨ ਸੀ। ਇਸ ਕਰਕੇ ਦੋਸਤੋ, ਜੇ ਤੁਸੀਂ ਟੂਰਿਸਟ ਵੀਜ਼ਾ ਅਰਮੀਨੀਆ ਦਾ ਅਪਲਾਈ ਕਰਨਾ ਆ ਤਾਂ ਤੁਸੀਂ ਇਹਦੇ ਵਿੱਚ ਖੁਦ ਥੋੜ੍ਹੀ ਜਿਹੀ ਨੌਲੇਜ ਰੱਖੋ। ਇਹਦੇ ਵਿੱਚ ਕੋਈ ਐਡਾ ਔਖਾ ਨਹੀਂ ਹੈਗਾ। ਤੁਸੀਂ ਆਪਣੇ ਜੇ ਜੋਬ ਕਰਦੇ ਹੋ ਜੋਬ ਦੇ ਪੇਪਰ ਲਾਓ, ਜੇ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਬਿਜ਼ਨਸ ਦੇ ਪੇਪਰ ਲਾਓ, ਤੁਸੀਂ ਖੁਦ ਆਪ ਅਪਲਾਈ ਕਰ ਸਕਦੇ ਹੋ। ITR ਜੇ ਤੁਸੀਂ ਬਿਜ਼ਨਸ ਕਰਦੇ ਹੋ ITR ਲਾਓ, 3 ਸਾਲ ਦੀਆਂ ITR ਲਾਓ। ਬੈਂਕ ਬੈਲੈਂਸ ਲਾਓ, 2-2.5 ਲੱਖ ਦਾ ਤੁਸੀਂ ਬੈਂਕ ਬੈਲੈਂਸ ਲਾਓ। ਉਸ ਤੋਂ ਬਾਅਦ ਤੁਸੀਂ ਕੋਈ ਰਜਿਸਟ੍ਰੇਸ਼ਨ ਕਰਾਈ ਆ ਉਹ ਲਾਓ, ਜੇ ਤੁਹਾਡੇ ਨਾਮ 'ਤੇ ਕੋਈ ਜ਼ਮੀਨ ਜਾਇਦਾਦ ਆ ਉਹਦੀ ਵੈਲੂਏਸ਼ਨ ਲਾਓ। ਅਰਮੀਨੀਆ ਦਾ ਵੀਜ਼ਾ ਮਿਲਦਾ ਆ ਜੇ ਤੁਸੀਂ ਉਹਨਾਂ ਨੂੰ ਔਫੀਸਰ ਨੂੰ ਜੈਨੂਅਨ ਪੇਪਰ ਦਿਉਂਗੇ, ਜੈਨੂਅਨ ਤਰੀਕੇ ਨਾਲ ਆਪਣਾ ਤੁਸੀਂ ਦੱਸੋਗੇ ਕਿ ਅਸੀਂ ਅਰਮੀਨੀਆ ਦੇ ਵਿੱਚ ਘੁੰਮਣ ਬੇਸ 'ਤੇ ਜਾ ਰਹੇ ਹਾਂ। ਕਿ ਜੇ ਆਪਾਂ ਔਫੀਸਰ ਨੂੰ ਦੱਸ ਰਹੇ ਹਾਂ ਜੀ ਅਸੀਂ ਤਾਂ ਅਰਮੀਨੀਆ ਆਉਣਾ, ਅਸੀਂ ਉੱਥੋਂ ਡੌਂਕੀ ਲਾਉਣੀ ਆ, ਤਾਂ ਉਹ ਆਪਾਂ ਨੂੰ ਵੀਜ਼ਾ ਥੋੜ੍ਹਾ ਦੇਗਾ। ਇਸ ਕਰਕੇ ਜੇ ਸਾਡੇ ਕਿਸੇ ਵੀ ਵੀਰ ਨੇ ਅਪਲਾਈ ਕਰਨਾ, ਉਹ ਥੋੜ੍ਹੀ ਜਿਹੀ ਖੁਦ ਪਹਿਲਾਂ ਆਪ ਨੌਲੇਜ ਰੱਖੇ, ਜਿਹੜੀ ਵੀ ਕੰਟਰੀ ਦਾ, ਅਰਮੀਨੀਆ ਦਾ ਨਹੀਂ, ਕਿਸੇ ਵੀ ਕੰਟਰੀ ਦਾ ਤੁਸੀਂ ਸਰਚ ਕਰੋ, ਨੌਲੇਜ ਰੱਖੋ। ਉਸ ਤੋਂ ਬਾਅਦ ਜੇ ਆਪ ਨਹੀਂ ਅਪਲਾਈ ਕਰਨਾ ਕਿਸੇ ਏਜੰਟ ਕੋਲੋਂ ਕਰਨਾ, ਪਰ ਤੁਸੀਂ ਜੇ ਤੁਹਾਨੂੰ ਖੁਦ ਨੌਲੇਜ ਤਾਂ ਹੋਣੀ ਚਾਹੀਦੀ ਆ ਵੀ ਕਿਹੜੇ ਪੇਪਰ ਲੱਗਣੇ ਆ, ਕਿਹੜੇ ਪੇਪਰ ਉਹ ਲਾ ਰਿਹਾ ਆ। ਜੇ ਤੁਹਾਨੂੰ ਖੁਦ ਨੌਲੇਜ ਹੋਊਗੀ ਤਾਂ ਤੁਹਾਡੇ ਨਾਲ ਧੋਖਾ ਵੀ ਨਹੀਂ ਹੋਊਗਾ ਅਤੇ ਤੁਹਾਡਾ ਵੀਜ਼ਾ ਵੀ ਰਿਜੈਕਟ ਨਹੀਂ ਹੋਊਗਾ। ਤਾਂ ਦੋਸਤੋ, ਅੱਜ ਦੀ ਜਿਹੜੀ ਆਪਾਂ ਵੀਡੀਓ ਇੰਨੀ ਕੁ ਕਰਨੀ ਸੀ, ਕਿਉਂਕਿ ਅਰਮੀਨੀਆ ਦੇ ਸਾਨੂੰ ਰਿਜੈਕਟ ਜਿਹੜੇ ਵੀਜ਼ੇ ਆ ਬਹੁਤ ਸਾਰੇ ਸਾਡੇ ਦੋਸਤਾਂ ਨੇ ਸਾਨੂੰ ਪਾਏ ਆ ਕਿ ਬ੍ਰਦਰ ਸਾਡਾ ਰਿਜੈਕਟ ਹੋ ਗਿਆ ਤਾਂ ਕੀ ਕਾਰਨ ਆ। ਤਾਂ ਉਹਦੇ ਵਿੱਚ ਬਹੁਤ ਸਾਰੇ ਦੋਸਤਾਂ ਨਾਲ ਜਦੋਂ ਮੈਂ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਜੀ ਸਾਡਾ ਤਾਂ ਕੋਈ ਕੰਮ ਕਾਰ ਹੈ ਨਹੀਂ, ਅਸੀਂ ਤਾਂ ਏਜੰਟ ਨਾਲ ਗੱਲ ਕੀਤੀ ਸੀਗੀ ਤਾਂ ਏਜੰਟ ਨੇ ਸਾਡਾ ਵੀਜ਼ਾ ਲਗਵਾਇਆ ਸੀ। ਤਾਂ ਦੋਸਤੋ, ਇਸ ਕਰਕੇ ਮੈਂ ਇਹ ਵੀਡੀਓ ਅੱਜ ਸ਼ੇਅਰ ਕੀਤੀ ਤੁਹਾਡੇ ਨਾਲ ਕਿ ਤੁਸੀਂ ਖੁਦ ਆਪ ਨੌਲੇਜ ਰੱਖੋ। ਖੁਦ ਜੇ ਤੁਹਾਨੂੰ ਕਿਸੇ ਨੂੰ ਅਰਮੀਨੀਆ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੁੰਦੀ ਆ, ਤੁਸੀਂ ਮੇਰੇ ਨਾਲ ਵੀ ਕੰਟੈਕਟ ਕਰ ਸਕਦੇ ਹਾਂ, ਆਪਾਂ ਤੁਹਾਡੇ ਨਾਲ ਜਾਣਕਾਰੀ ਜ਼ਰੂਰ ਸ਼ੇਅਰ ਕਰਾਂਗੇ। ਬਾਕੀ ਦੋਸਤੋ, ਅੱਜ ਦੀ ਜਿਹੜੀ ਆਪਾਂ ਵੀਡੀਓ ਆ ਇੰਨੀ ਕੁ ਕਰਨੀ ਸੀ, ਕੋਈ ਅਗਲੀ ਜਾਣਕਾਰੀ ਲੈ ਕੇ ਜਲਦੀ ਆਵਾਂਗੇ। ਉਦੋਂ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।